ਅੰਮ੍ਰਿਤਸਰ ਤੇ ਇਸ ਵਕਤ ਮੈਂ ਅੰਦਰੂਨ ਛਿਆਟਾ ਵਿਖੇ ਆ ਪਹੁੰਚਿਆ, ਜਿੱਥੇ ਕਿ ਭੱਲਾ ਕਲੋਨੀ ਵਿਖੇ ਇੱਕ ਢਾਬਾ ਹੈ, ਜਿੱਥੇ ਕਿ ਪਹਿਲਾਂ ਤੁਸੀਂ ਮੈਨਿਊ 'ਤੇ ਇੱਕ ਵਾਰੀ ਝਾਤ ਮਾਰੋ। ਜਿਸ ਸਬਜ਼ੀ ਦੀ ਅਸੀਂ ਨਾਮ ਪੜ੍ਹਦੇ ਹਾਂ ਅਤੇ ਉਸਦੀ ਕੀਮਤ ਦੀ ਜੇ ਗੱਲ ਕਰੀਏ ਤਾਂ ਸ਼ੁਰੂਆਤੀ ਕੀਮਤ ਹੈ ਸਿਰਫ 10 ਰੁਪਏ, ਤਾਂ ਕਹਿ ਸਕਦੇ ਹਾਂ ਕਿ ਮਹਿਜ਼ ਘੱਟ ਕੀਮਤਾਂ ਦੇ ਵਿੱਚ ਤੁਸੀਂ ਇੱਥੇ ਆ ਕੇ ਭਰ ਪੇਟ ਜੋ ਖਾਣਾ ਖਾ ਸਕਦੇ ਹੋ। ਭਾਜੀ ਸੋਚ ਬਸ ਇਹੀ ਚਾਹੁੰਦੇ ਹਾਂ ਵੀ ਚਲੋ ਨਾਲ ਸਾਡਾ ਕੰਮ ਵੀ ਚੱਲੇ ਅਤੇ ਨਾਲ ਸਾਡੀ ਸੇਵਾ ਵੀ ਚੱਲੇ, ਅਤੇ ਗੁਰੂ ਮਹਾਰਾਜ ਦੀ ਕਿਰਪਾ ਸੇਵਾ ਵੀ ਚੱਲੀ ਜਾਂਦੀ ਆ ਅਤੇ ਨਾਲ ਹੀ ਪੈਸੇ ਵੀ ਕਮਾਈ ਜਾਂਦੇ। ਅਤੇ ਬਾਕੀ ਇਹ ਸਾਡੇ ਢਾਬੇ ਦੀ ਸਪੈਸ਼ਲ ਥਾਲੀ ਆ 50 ਰੁਪਏ ਦੀ, ਜਿਹਦੇ ਵਿੱਚ 3 ਫੁਲਕੇ ਆ, ਕਾਲੇ ਛੋਲੇ ਆ, ਦਹੀਂ ਪਕੌੜੀਆਂ, ਚਾਵਲ ਆ, ਕੜੀ ਆ। ਕਸਟਮਰ ਆਉਂਦੇ ਬਸ ਸਾਨੂੰ ਇਹ ਖੁਸ਼ੀ ਹੁੰਦੀ ਆ, ਪੈਸਾ ਪੂਸਾ ਤਾਂ ਇੱਥੇ ਹੀ ਰਹਿ ਜਾਣਾ ਸਾਰਾ, ਅਤੇ ਜਿਹੜਾ ਪਿਆਰ ਆ ਲੋਕਾਂ ਦੀਆਂ ਅਸੀਸਾਂ ਆ ਉਹੀ ਨਾਲ ਜਾਣੀਆਂ। ਅਤੇ ਹੁਣ ਆਪਾਂ 10 ਰੁਪਏ ਦੇ ਵਿੱਚ ਕੜੀ ਚਾਵਲ ਦਿੰਦੇ ਹਾਂ, 10 ਰੁਪਏ 'ਚ ਰਾਜਮਾਂਹ ਚਾਵਲ ਦਿੰਦੇ ਹਾਂ, ਛੋਲੇ ਚਾਵਲ ਦਿੰਦੇ ਹਾਂ, 3 ਫੁਲਕੇ, 1 ਸਬਜ਼ੀ, 20 ਰੁਪਏ ਲੈਂਦੇ ਹਾਂ। ਕਹਿੰਦੇ ਗੁਰੂ ਦੀ ਨਗਰੀ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਸੌਂਦਾ, ਇਸ ਗੁਰੂ ਦੀ ਨਗਰੀ ਨੂੰ ਇਹ ਵਰ ਹੈ। ਔਰ ਇੱਥੇ ਹੀ ਜੇ ਗੱਲ ਕਰੀਏ ਤਾਂ ਇਸ ਸ਼ਹਿਰ ਜੋ ਕਿ ਆਪਣੇ ਆਪ ਦੇ ਵਿੱਚ ਜ਼ਾਇਕਿਆਂ ਦੇ ਨਾਲ ਭਰਿਆ ਪਿਆ, ਇਸ ਸ਼ਹਿਰ ਦੇ ਜ਼ਾਇਕਿਆਂ ਦੀ ਧੁੰਮਾਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਚੁੱਕੀਆਂ ਨੇ, ਪਰ ਅੰਮ੍ਰਿਤਸਰ ਦੇ ਵਿੱਚ ਕੁਝ ਅਜਿਹੇ ਲੋਕ ਨੇ ਜੋ ਸੇਵਾ ਭਾਵ ਦੇ ਸਦਕਾ ਲੋਕਾਂ ਨੂੰ ਇੱਕ ਜ਼ਾਇਕਾ, ਇੱਕ ਕਹਿ ਸਕਦੇ ਹਾਂ ਕਿ ਖਾਣ ਪੀਣ ਦੇ ਨਾਲ ਤਾਂ ਜੋੜਦੇ ਹੀ ਨੇ, ਪਰ ਉੱਥੇ ਹੀ ਗੁਰੂਆਂ ਵੱਲੋਂ ਦੱਸੇ ਉਸ ਮਾਰਗ 'ਤੇ ਵੀ ਚੱਲਦੇ ਹੋਏ ਵਿਖਾਈ ਦਿੰਦੇ। ਉੱਥੇ ਹੀ ਅੰਮ੍ਰਿਤਸਰ ਦੇ ਇਸ ਵਕਤ ਮੈਂ ਅੰਦਰੂਨ ਛਿਆਟਾ ਵਿਖੇ ਆ ਪਹੁੰਚਿਆ, ਜਿੱਥੇ ਕਿ ਭੱਲਾ ਕਲੋਨੀ ਵਿਖੇ ਇੱਕ ਢਾਬਾ ਹੈ, ਜਿੱਥੇ ਕਿ ਪਹਿਲਾਂ ਤੁਸੀਂ ਮੈਨਿਊ 'ਤੇ ਇੱਕ ਵਾਰੀ ਝਾਤ ਮਾਰੋ। ਜਿਸ ਸਬਜ਼ੀ ਦੀ ਅਸੀਂ ਨਾਮ ਪੜ੍ਹਦੇ ਹਾਂ ਅਤੇ ਉਸਦੀ ਕੀਮਤ ਦੀ ਜੇ ਗੱਲ ਕਰੀਏ ਤਾਂ ਸ਼ੁਰੂਆਤੀ ਕੀਮਤ ਹੈ ਸਿਰਫ 10 ਰੁਪਏ, ਤਾਂ ਕਹਿ ਸਕਦੇ ਹਾਂ ਕਿ ਮਹਿਜ਼ ਘੱਟ ਕੀਮਤਾਂ ਦੇ ਵਿੱਚ ਤੁਸੀਂ ਇੱਥੇ ਆ ਕੇ ਭਰ ਪੇਟ ਜੋ ਖਾਣਾ ਖਾ ਸਕਦੇ ਹੋ। ਜੰਗ ਬਹਾਦਰ ਇੱਥੇ ਵਿਕਰੇਤਾ ਨੇ, ਜਿਨ੍ਹਾਂ ਦੇ ਵੱਲੋਂ ਇਸ ਕੰਮ ਦੀ ਬੀਤੇ 4 ਸਾਲ ਪਹਿਲਾਂ ਜੋ ਹੈ ਸ਼ੁਰੂਆਤ ਕੀਤੀ ਗਈ, ਔਰ ਇੱਕ ਸੋਚ ਸੀਗੀ ਕਿ ਲੋਕਾਂ ਤੱਕ ਸਵਾਦਿਸ਼ਟ ਖਾਣਾ ਪਹੁੰਚਾਇਆ ਜਾਵੇ। ਗੱਲਬਾਤ ਵੀ ਕਰਦੇ ਹਾਂ, ਜਾਣਦੇ ਵੀ ਹਾਂ ਕਿ ਕਿਹੜੀ ਅਜਿਹੀ ਸੋਚ ਸੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਝਾਤ ਪਵਾਉਂਦੇ ਹਾਂ ਇਸ ਅਨਮੋਲ ਖਜ਼ਾਨੇ ਦੀ ਜੋ ਇਹਨਾਂ ਪਤੀਲਿਆਂ ਦੇ ਵਿੱਚ ਕੈਦ ਹੈ। ਸਾਹਮਣੇ ਪਏ ਪਤੀਲੇ ਦੇ ਵਿੱਚ ਉਹ ਦਾਲ ਹੈ, ਦਾਲ ਮੱਖਣੀ, ਜਿਸ ਨੂੰ ਕਿ ਅਕਸਰ ਲੋਕ ਬੜੇ ਹੀ ਚਾਵਾਂ ਦੇ ਨਾਲ ਖਾਂਦੇ ਨੇ, ਔਰ ਤੁਸੀਂ ਦੇਖ ਸਕਦੇ ਹੋ ਕਿ ਕੁਆਲਿਟੀ, ਰੰਗਤ ਦੇਖ ਸਕਦੇ ਹੋ ਦਾਲ ਦੀ। ਔਰ ਜੋ ਘਰ ਦਾ ਖਾਣਾ, ਹਰ ਕੋਈ ਜਦ ਵੀ ਬਾਹਰ ਤੋਂ ਕੋਈ ਚੀਜ਼ ਖਾਂਦਾ ਤਾਂ ਉਸਦੀ ਪਹਿਲੀ ਸੋਚ ਇਹੀ ਰਹਿੰਦੀ ਹੈ ਕਿ ਉਸਨੂੰ ਘਰ ਦਾ ਬਣਿਆ ਸਵਾਦ ਮਿਲੇ, ਪਰ ਉਹੀ ਜੋ ਇੱਥੇ ਰੰਗ ਹੈ, ਜੋ ਸੂਰਤ ਹੈ ਇਸ ਦਾਲ ਦੀ, ਉਹ ਦਰਸਾਉਂਦੀ ਹੈ ਕਿ ਉਸਦੀ ਕੁਆਲਿਟੀ ਕਿੱਦਾਂ ਦੀ। ਤਾਂ ਇਹ ਲਜ਼ੀਜ਼ ਇੱਕ ਥਾਲੀ ਜੋ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ, ਇਹ ਖਾਸ ਇਸ ਢਾਬੇ ਦੀ ਖਾਸੀਅਤ ਹੈ, ਔਰ ਇਹ ਲੋਕਾਂ ਤੱਕ ਬੜੇ ਹੀ ਪਿਆਰ ਅਤੇ ਲਾਡ ਦੇ ਨਾਲ ਪਹੁੰਚਾਈ ਜਾਂਦੀ ਹੈ। ਔਰ ਵਿਕਰੇਤਾ ਸਾਡੇ ਨਾਲ ਮੌਜੂਦ ਰਹਿਣਾ, ਗੱਲਬਾਤ ਕਰ ਲੈਂਦੇ ਹਾਂ, ਅਤੇ ਕੀ ਸੋਚ ਆਈ ਜੀ ਇਸ ਢਾਬੇ ਦੀ ਸ਼ੁਰੂਆਤ ਵਿੱਚ? ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਭਾਅ ਜੀ ਸੋਚ ਬਸ ਇਹੀ ਚਾਹੁੰਦੇ ਹਾਂ ਵੀ ਚਲੋ ਨਾਲ ਸਾਡਾ ਕੰਮ ਵੀ ਚੱਲੇ ਅਤੇ ਨਾਲ ਸਾਡੀ ਸੇਵਾ ਵੀ ਚੱਲੇ, ਅਤੇ ਗੁਰੂ ਮਹਾਰਾਜ ਦੀ ਕਿਰਪਾ ਸੇਵਾ ਵੀ ਚੱਲੀ ਜਾਂਦੀ ਆ ਅਤੇ ਨਾਲ ਹੀ ਪੈਸੇ ਵੀ ਕਮਾਈ ਜਾਂਦੇ। ਹਾਂਜੀ, ਅਤੇ ਬਾਕੀ ਇਹ ਸਾਡੇ ਢਾਬੇ ਦੀ ਸਪੈਸ਼ਲ ਥਾਲੀ ਆ 50 ਰੁਪਏ ਦੀ, ਜਿਹਦੇ ਵਿੱਚ 3 ਫੁਲਕੇ ਆ, ਕਾਲੇ ਛੋਲੇ ਆ, ਦਹੀਂ ਪਕੌੜੀਆਂ, ਚਾਵਲ ਆ, ਕੜੀ ਆ, ਅਤੇ ਬਸ 50 ਰੁਪਏ ਦੇ ਵਿੱਚ ਆ। ਅਤੇ ਆਓ ਅਤੇ ਛੱਕ ਕੇ ਅਤੇ ਇਹਦਾ ਸਵਾਦ ਚੈੱਕ ਕਰੋ। ਕਦੋਂ ਤੁਹਾਡੇ ਵੱਲੋਂ ਇਸ ਢਾਬੇ ਦੀ ਸ਼ੁਰੂਆਤ ਕੀਤੀ ਗਈ? ਇਹ ਵੀਰ ਜੀ ਹੋ ਗਏ ਕੋਈ 4 ਸਾਲ ਹੋ ਗਏ ਜੀ। ਹਾਂਜੀ, ਜਿੱਥੇ ਕਿ ਗੱਲ ਕਰੀਏ ਤਾਂ ਬਾਹਰ ਮੈਨਿਊ ਜਿੱਥੇ ਆ ਸਿਰਫ 10-10 ਰੁਪਏ ਦੇ ਵਿੱਚ ਤੁਸੀਂ ਲੋਕਾਂ ਦਾ ਢਿੱਡ ਭਰ ਰਹੇ ਹੋ, ਤਾਂ ਇਸ ਦੇ ਨਾਲ ਘਰ ਦੀ ਆਪਣੀ ਆਈ ਚਲਾਈ ਹੋ ਜਾਂਦੀ? ਬੜੀ ਸੋਹਣੀ ਚੱਲ ਰਹੀ ਹੈ ਜੀ, ਆਪਾਂ ਥੋੜ੍ਹੀ ਚਲਾਉਣ ਵਾਲੇ ਹਾਂ, ਉਹ ਤਾਂ ਗੁਰੂ ਮਹਾਰਾਜ ਚਲਾਉਣ ਵਾਲੇ ਨੇ, ਆਪਾਂ ਤਾਂ ਬਸ ਉਹਨਾਂ ਦੇ ਭੇਜੇ ਹੋਏ ਸੇਵਕ ਆ ਅਤੇ ਸਾਡੀ ਸੇਵਾ ਲਾਈ ਆ, ਆਪਾਂ ਨਿਭਾਈ ਜਾਂਦੇ ਹਾਂ, ਘਰ ਪਰਿਵਾਰ ਦੀ ਚਿੰਤਾ ਉਹਨਾਂ ਨੂੰ ਸਾਨੂੰ ਨਹੀਂ ਹੈਗੀ। ਹਾਂਜੀ, ਅਤੇ ਲੋਕਾਂ ਦਾ ਪਿਆਰ ਤੁਹਾਨੂੰ ਕਿੱਦਾਂ ਦਾ ਮਿਲ ਰਿਹਾ? ਕਿਉਂਕਿ ਜੇ ਗੱਲ ਕਰੀਏ ਤਾਂ ਹਰ ਇੱਕ ਦੀ ਸੋਚ ਆਈ ਹੁੰਦੀ ਹੈ ਕਿ ਘੱਟ ਕੀਮਤ ਦੇ ਵਿੱਚ ਵਧੀਆ ਖਾਣਾ ਮਿਲੇ ਉਹਨਾਂ ਨੂੰ। ਹਾਂਜੀ ਹਾਂਜੀ, ਬੜਾ ਪਿਆਰ ਮਿਲਦਾ ਕਸਟਮਰਸ ਦਾ, ਬੜਾ ਪਿਆਰ ਮਿਲਦਾ ਭਰਾਵਾਂ ਦਾ, ਜਿਹੜੇ ਬੜੀ ਬੜੀ ਦੂਰੋਂ ਆਉਂਦੇ ਨੇ ਲੋਕ ਸਾਡੇ ਕੋਲ, ਕੋਈ ਮਤਲਬ ਰਾਮ ਤੀਰਥ ਰੋਡ ਤੋਂ ਆਉਂਦਾ ਵਾ, ਕੋਈ ਨਰਾਇਣਗੜ੍ਹੋਂ ਆਉਂਦਾ ਵਾ, ਪੁਤਲੀ ਘਰੋਂ, ਕਬੀਰ ਪਾਰਕ ਤੋਂ, ਬੜਾ ਮਤਲਬ ਬਹੁਤ ਪਿਆਰ ਮਿਲਦਾ ਪਿਆ। ਅਤੇ ਬਸ ਇੱਦਾਂ ਹੀ ਪਿਆਰ ਸਾਨੂੰ ਮਿਲਦਾ ਰਹੇ ਅਤੇ ਆਪਾਂ ਇੱਦਾਂ ਹੀ ਸੇਵਾ ਨਿਭਾਉਂਦੇ ਰਹੀਏ।
ਢਾਬੇ ਤੋਂ ਪਹਿਲਾਂ ਤੁਸੀਂ ਕਿਹੜੇ ਰੁਜ਼ਗਾਰ ਦੇ ਵਿੱਚ ਸੀਗੇ? ਵੀਰ ਜੀ ਮੈਂ ਪਹਿਲਾਂ ਫੁੱਟਵੇਅਰ ਦਾ ਕੰਮ ਕਰਦਾ ਸੀ, ਫਿਰ ਲੋਕਡਾਊਨ ਦੇ ਵਿੱਚ ਥੋੜ੍ਹਾ ਜਿਹਾ ਲੋਸ ਹੋ ਗਿਆ, ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਸਮਤ ਬਖਸ਼ਤੀ ਵੀ ਆਪਾਂ ਆਹ ਕੰਮ ਕਰੀਏ ਅਤੇ ਆਪਾਂ ਇਹ ਕੰਮ ਸ਼ੁਰੂ ਕੀਤਾ ਅਤੇ ਬੜੀ ਕਿਰਪਾ ਹੁਣ ਗੁਰੂ ਨਾਨਕ ਸਾਹਿਬ ਦੀ ਅਤੇ ਚੜ੍ਹਦੀ ਕਲਾ। ਉੱਥੇ ਜੇ ਗੱਲ ਕਰੀਏ ਤਾਂ ਪਤੀਲਿਆਂ ਦੇ ਵਿੱਚ ਜਿੱਥੇ ਕਿ ਜੋ ਸਮਾਨ ਹੈ ਉਸਦੀ ਆਪਣੇ ਆਪ ਦੇ ਵਿੱਚ ਇੱਕ ਖਿੱਚ ਹੈ, ਆਪਣੇ ਆਪ ਦੇ ਵਿੱਚ ਇੱਕ ਰੰਗਤ ਹੈ। ਔਰ ਪਹਿਲੀ ਗੱਲ ਜੋ ਜਿੱਥੇ ਆਪਾਂ ਅਕਸਰ ਜ਼ੋਰ ਦੇ ਰਹੇ ਹਾਂ ਕਿ ਲੋਕਾਂ ਦੇ ਵਿੱਚ ਜੋ ਜੇ ਗੱਲ ਕਰੀਏ ਤਾਂ ਕਿਹੜੇ ਵਰਗ ਦੇ ਲੋਕ ਇੱਥੇ ਅਕਸਰ ਆਉਣਾ ਪਸੰਦ ਕਰਦੇ ਨੇ, ਚਾਹੇ ਨੋਰਮਲ ਜੇ ਦਿਹਾੜੀਦਾਰ ਮਜ਼ਦੂਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਲਈ ਵੀ ਇੱਕ ਬੜਾ ਹੀ ਵਧੀਆ ਕਿ ਉਹ ਘੱਟ ਕੀਮਤ ਦੇ ਵਿੱਚ ਭੋਜਨ ਖਾ ਸਕਣ? ਹਾਂਜੀ ਹਾਂਜੀ ਬਿਲਕੁਲ, ਆਪਣੇ ਕੋਲ ਸਾਰੇ ਵਰਗ ਦੇ ਆਉਂਦੇ। ਜਿਸ ਤਰ੍ਹਾਂ ਹੁਣ ਦੁਪਹਿਰ ਨੂੰ ਸਾਡੇ ਕੋਲ ਮਜ਼ਦੂਰ ਗਾਹਕ ਹੈਗਾ ਵਾ, 10 ਰੁਪਏ ਦੇ ਵਿੱਚ ਦਾਲ ਲੈਂਦਾ, ਕੜੀ ਲੈਂਦਾ, ਖੁਸ਼ ਹੋ ਕੇ ਜਾਂਦਾ, ਦੁਆਵਾਂ ਦੇ ਕੇ ਜਾਂਦਾ, ਅਸੀਸਾਂ ਦੇ ਕੇ ਜਾਂਦਾ। ਉਹਨਾਂ ਨੂੰ ਵੇਖ ਕੇ ਹੁਣ ਆ ਚੀਜ਼ਾਂ ਜਦੋਂ ਕੋਈ ਖਾਂਦਾ ਉਹ ਦੂਜੇ ਗਾਹਕ ਨੂੰ ਦੱਸਦਾ। ਸਾਡੇ ਕੋਲ ਗੱਡੀਆਂ ਵਾਲੇ ਵੀ ਆਉਂਦੇ ਨੇ, ਗੱਡੀਆਂ ਵਾਲੇ ਵੀ ਆਉਂਦੇ ਨੇ, ਉਹ ਵੀ ਲੈ ਕੇ ਜਾਂਦੇ ਨੇ। ਬਸ ਇਹ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ, ਇਹ ਸਭ ਗੁਰੂ ਮਹਾਰਾਜ ਦੀ ਕਿਰਪਾ। ਰੋਜ਼ਾਨਾ ਤੁਹਾਡਾ ਕੀ ਸਾਰਾ ਪ੍ਰਬੰਧ ਰਹਿੰਦਾ, ਕਿੰਨੇ ਵਜੇ ਤੁਸੀਂ ਇੱਥੇ ਆਉਂਦੇ ਹੋ ਔਰ ਕਿੰਨੀ ਗਿਣਤੀ ਦੇ ਵਿੱਚ ਸਾਰਾ ਜੋ ਸਮਾਨ ਲਾਗਤ ਹੈ ਉਹ ਸਭ ਤਿਆਰ? ਇਹ ਵੀਰ ਜੀ ਅਸੀਂ ਆਉਂਦੇ ਹਾਂ ਸਵੇਰੇ 8 ਵਜੇ, ਫਿਰ ਪਰਾਂਠੇ ਵਗੈਰਾ ਬਣਾਈਦੇ ਆ, ਆਲੂ ਵਾਲੇ, ਗੋਭੀ ਵਾਲੇ, ਮੂਲੀ ਵਾਲੇ। 15 ਰੁਪਏ ਦਾ ਪਰਾਂਠਾ ਹੁੰਦਾ, 9:30 ਵਜੇ ਸ਼ੁਰੂ ਕਰ ਦਈਦੇ ਆ, 12:30 ਵਜੇ ਤੱਕ ਫਿਰ ਉਹ ਚੱਲਦਾ। ਉਸ ਤੋਂ ਬਾਅਦ ਫਿਰ ਆ ਦਾਲ ਹੋ ਗਈ, ਕਾਲੇ ਛੋਲੇ ਹੋ ਗਏ, ਕੜੀ ਹੋ ਗਈ, ਇਸ ਤਰ੍ਹਾਂ ਮਤਲਬ ਡੇਲੀ ਦੀਆਂ ਰੂਟੀਨ ਜਿਹੜੀਆਂ। ਉਹਨਾਂ ਦੀ ਸਬਜ਼ੀਆਂ ਸੇਵ ਰਹਿੰਦੀਆਂ ਜਾਂ ਬਦਲਦੀ? ਨਹੀਂ ਨਹੀਂ ਚੇਂਜ ਕਰੀਦਾ ਭਾਅ ਜੀ, ਡੇਲੀ ਚੇਂਜ ਕਰੀਦਾ, ਸਿਰਫ ਇੱਕ ਦਾਲ ਕੜੀ ਨਹੀਂ ਚੇਂਜ ਕਰੀਦੀ, ਬਾਕੀ ਚੀਜ਼ਾਂ ਸਾਰੀਆਂ ਚੇਂਜ ਕਰ ਦਈਦੀਆਂ, ਕਿਉਂਕਿ ਦਾਲ ਕੜੀ ਜਿਹੜੀ ਆ ਉਹ ਜ਼ਿਆਦਾ ਫੇਮਸ ਹੈ, ਜ਼ਿਆਦਾ ਵਿਕਦੀ ਹੈ ਸਾਡੀ। ਅਤੇ ਬਸ ਅਤੇ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਮਤਲਬ ਕਿਸੇ ਵੇਲੇ ਕੋਈ ਆਲੂ ਗੋਭੀ ਆ, ਮਿਕਸ ਵੈੱਜ ਆ, ਰਾਜਮਾਂਹ ਬਣਦੇ ਆ, ਕੜੀ ਬਣਦੀ, ਦਾਲ ਬਣਦੀ, ਇਸ ਤਰ੍ਹਾਂ ਅਲੱਗ ਅਲੱਗ ਚੇਂਜ ਕਰਦੇ ਰਹੀਦਾ ਡੇਲੀ। ਇਸੇ ਥਾਲੀ ਦੇ ਸਦਕਾ ਇਹ ਢਾਬਾ ਜਾਣਿਆ ਜਾਂਦਾ ਔਰ ਵਾਜਿਬ ਕੀਮਤਾਂ ਦੇ ਵਿੱਚ ਲੋਕ ਇੱਥੇ ਆ ਕੇ ਆਪਣਾ ਪੇਟ ਭਰਦੇ ਨੇ, ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਅਕਸਰ ਜੇ ਗੱਲ ਕਰ ਲਈਏ ਤਾਂ ਹਰ ਕੋਈ ਮਿਹਨਤ ਮਜ਼ਦੂਰੀ ਕਰਕੇ ਜਦ ਪੈਸੇ ਕਮਾਉਂਦਾ ਹੈ ਤਾਂ ਉਸਨੇ ਆਖਿਰਕਾਰ ਆਪਣਾ ਢਿੱਡ ਹੀ ਭਰਨਾ ਹੁੰਦਾ, ਪਰ ਇਸ ਵੱਧਦੇ ਮਹਿੰਗਾਈ ਦੇ ਦੌਰ ਦੇ ਵਿਚਾਲੇ ਆਮ ਨਾਗਰਿਕ ਦੇ ਲਈ, ਉਹਨਾਂ ਦਿਹਾੜੀਦਾਰ ਮਜ਼ਦੂਰਾਂ ਦੇ ਲਈ ਆਪਣੇ ਪੇਟ ਭਰਨਾ ਵੀ ਔਖਾ ਹੋ ਜਾਂਦਾ, ਕਿਉਂਕਿ ਵਧਾਈ ਜੋ ਮਹਿੰਗਾਈ ਆ ਉਹ ਵੱਧਦੀ ਹੋਈ ਵਿਖਾਈ ਦਿੰਦੀ ਆ, ਪਰ ਨਾਲ ਹੀ ਜੋ ਤਨਖਾਹਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਕਾਫੀ ਉਹਨਾਂ ਨੂੰ ਦਿੱਕਤਾਂ ਹੁੰਦੀਆਂ ਨੇ। ਪਰ ਜੋ ਇੱਕ ਸੋਚ ਹੈ ਇਸ ਵਿਕਰੇਤਾ ਦੀ ਕਿ ਲੋਕਾਂ ਤੱਕ ਜ਼ਾਇਕਾ ਤਾਂ ਪਹੁੰਚਾਉਣਾ, ਖਾਣਾ ਤਾਂ ਪਹੁੰਚਾਉਣਾ, ਪਰ ਉਹਨਾਂ ਗੁਰੂਆਂ ਵੱਲੋਂ ਦੱਸੇ ਗਏ ਮਾਰਗ ਨੂੰ ਵੀ ਲੋਕਾਂ ਤੱਕ ਪਹੁੰਚਾਉਣਾ, ਅਤੇ ਅੱਜ ਉਸੇ ਮਾਰਗ 'ਤੇ ਚੱਲਦੇ ਹੋਏ ਇਹਨਾਂ ਦੇ ਵੱਲੋਂ ਬੀਤੇ 4 ਸਾਲ ਪਹਿਲਾਂ ਇਸ ਢਾਬੇ ਦੀ ਸ਼ੁਰੂਆਤ ਕੀਤੀ ਗਈ ਔਰ ਮਹਿਜ਼ 20 ਰੁਪਏ ਦੀ ਥਾਲੀ ਦੇ ਵਿੱਚ ਵੀ ਲੋਕਾਂ ਨੂੰ ਖਾਸ ਜੋ ਇਹ ਸਵਾਦਿਸ਼ਟ ਖਾਣਾ ਪਹੁੰਚਾਇਆ ਜਾ ਰਿਹਾ। ਔਰ ਸੋਚ ਇਹੀ ਹੈ ਕਿ ਕੋਈ ਵੀ ਜਿਹੜਾ ਵੀ ਦੁਕਾਨ 'ਤੇ ਆਵੇ ਉਹ ਰਾਜ਼ੀ ਜਾਵੇ, ਉਸਨੂੰ ਜੋ ਸਮਾਨ ਮਿਲ ਜਾਵੇ ਅਤੇ ਉਹ ਖੁਸ਼ੀ ਨਾਲ ਆਪਣੇ ਪਰਿਵਾਰ ਦੀ ਆਈ ਚਲਾਈ ਕਰ ਸਕੇ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18, ਪੰਜਾਬ।